14000 रुपये का अपने दर्शकों को सिर्फ एको बैड दे देना वा जे 14000 रुपये के ग्रे लैदर दे तकड़ साहब 16000 रुपये के 18 का जिहड़ा एम आर पी वाला बैड ठीक है जी आ तकड़ साहब बैड 9 फुट लाइटां वाला सैटियां बार्डर वाला तकड़ साहब बैड आ ए ग्रेड की पलाई लगी आ आ देना तकड़ साहब बहुत सस्ता बैड यार ये ना बड़े जिधाड़े आ 18000 रुपये के बैड दे देना जो पवी वाला पवी सारा देख लो क्रीम कलर दे विच डिजाइन सोहना आ आ होटल वाले बैड तुसीं देख लो बहुत सोहने आ साडे कोल बैडां दे विच बहुत सारी क्वालिटी वैरायटी आ इहदे उत्ते कीमत इहदी पता किन्नी आ बाजार च 25000 आ सेखो फर्नीचर ते 18000 च दे देंगे तुहानूं जिहड़ा भी वीडियो देख रहा होगा ना तुहानूं कहूंगा वीरे एक मिनट ना रुकी एक मिनट भी सही जे 35000 दे असीं वेचदे आ बाजार साढ़े 40000 दे विकदे आ इह बैड 24000 दा ਇਹਦੇ ਤੇ ਆਪਾਂ ਬੜਾ ਜਿਹਾ ਚਾਨਣਾ ਪਾਈਏ 24000 ਦਾ ਦਿੱਤਾ ਸੀ ਬੈੱਡ 22000 ਦਾ ਦਵਾਂਗੇ 10 ਕਲਰ ਮਿਨੀਮਮ ਇਹਦੇ ਚ ਰੈਗੂਲੇਟਰ ਚੱਲਣ ਵਾਲੇ ਜੇ ਆ ਤਕੜ ਸਾਹਿਬ ਇੱਕੋ ਬੈੱਡ ਬਸ ਹਾਂਜੀ ਇਹਨੂੰ ਮਹੀਨਾ ਡੇਢ ਮਹੀਨੇ ਦੇ ਸਮਥਿੰਗ ਹੋ ਗਿਆ ਹੋਊਗਾ ਠੀਕ ਹੈ ਜੀ ਇਹ 14000 ਰੁਪਏ ਦਾ ਆਪਣੇ ਦਰਸ਼ਕਾਂ ਨੂੰ ਸਿਰਫ ਇੱਕੋ ਬੈੱਡ ਦੇ ਦੇਣਾ ਵਾ ਜਿਹੜਾ ਪਹਿਲੋਂ ਆ ਗਿਆ ਲੈ ਗਿਆ ਜਿਹੜਾ ਰਹਿ ਗਿਆ ਵੀਰ ਜੀ ਰਹਿ ਗਿਆ ਉਹਦੇ 'ਚ ਸਾਡੀ ਕੋਈ ਜ਼ਿੰਮੇਵਾਰੀ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆ ਜਾਓ ਬਾਜ਼ਾਰ 'ਚ ਰੇਟ ਹੈਗਾ ਇਹਦਾ 20000 ਅਸੀਂ ਤੁਹਾਨੂੰ 14000 'ਚ ਦੇ ਦਿਆਂਗੇ ਬੈੱਡ ਸਿਰਫ ਇੱਕ ਆ ਇਹਨਾਂ ਦੇ ਕੀ ਪ੍ਰਾਈਸ ਆ ਥੋੜ੍ਹਾ ਇਹ ਵੀ ਦੱਸ ਇਹ ਤਕੜ ਸਾਹਿਬ ਆਪਣਾ ਇਹ ਵੀ 15000 ਦਾ ਹੁੰਦਾ ਸੀ ਬੈੱਡ ਆ ਵੀ 15000 ਦਾ ਹੁੰਦਾ ਸੀ ਜਿਹੜਾ ਆਪਾਂ ਅੱਗੇ ਕੀ ਨੂੰ ਕਹਿੰਦੇ ਤੁਹਾਡੇ ਸਾਹਮਣੇ ਸੇਲ ਦੇ ਵਿੱਚ 13000 ਦਾ ਲਾਇਆ ਵਾ ਜੀ ਬਾਜ਼ਾਰ 18000 ਰੁਪਏ ਦਾ ਵਿਕਦਾ ਵਾ ਕਿਉਂਕਿ ਸਾਰਾ ਇਹ ਬੈੱਡ ਪਲਾਈ ਦੇ ਵਿੱਚ ਬਣਿਆ ਬਕਸਾ ਆਪਣੇ ਪਿੰਡ ਵਾਲਿਆਂ ਨੂੰ ਪਸੰਦ ਆਉਣ ਵਾਲੀ ਆਈ ਆ ਹਰ ਇੱਕ ਦੇ ਬਜਟ ਵਾਲਾ ਵਾ ਆ ਦੇਖੋ ਮਾਈਕਾ ਲੱਗਾ ਬਹੁਤ ਸਫਾਈ ਦੇ ਵਿੱਚ ਹੈਗਾ ਪਿੱਛੇ ਲੱਗਾ ਹੋਇਆ ਕੱਪੜਾ ਗੱਦੀਆਂ ਲੱਗੀਆਂ ਆ 18000 ਰੁਪਇਆ ਬਾਜ਼ਾਰ ਦਾ ਰੇਟ ਆ ਸੇਖੋ ਫਰਨੀਚਰ ਤੇ ਆਓ 13000 ਰੁਪਏ ਚ ਲੈ ਜਾਓ ਡਿਜ਼ਾਈਨ ਬੜਾ ਹੀ ਘੈਂਟ ਬਣਿਆ ਤੇ ਕਲਰ ਵੀ ਬਹੁਤ ਸੋਹਣਾ ਬਾਈ ਜੀ ਇਹਦਾ ਵੀ ਦੱਸ ਦਿਓ ਇਹ ਤਕੜ ਸਾਹਿਬ 26000 28000 26000 28000 ਦਾ ਅਸੀਂ ਵੇਚਦੇ ਰਹੇ ਆ ਜਿਹੜਾ ਆਪਣੇ ਦਰਸ਼ਕਾਂ ਨੂੰ 22000 ਦਾ ਹੀ ਦਵਾਂਗੇ ਜਿਹਦੇ ਵਿੱਚ ਲਾਈਟ ਵਗੈਰਾ ਸਭ ਕੁਝ ਗੋਲ ਬੈੱਡ ਆ ਤੇ ਮਟੀਰੀਅਲ ਵੀ ਹੈ ਵੀ ਆ ਇਹ 28 ਤੋਂ 30000 ਦਾ ਬਾਜ਼ਾਰ ਦਾ ਰੇਟ ਆ ਪਰ ਇੱਥੇ ਤੁਹਾਨੂੰ ਅਸੀਂ ਦੇਵਾਂਗੇ ਸਿਰਫ 22000 ਰੁਪਏ ਦਾ ਇਹ ਬੈੱਡ ਮੈਂ ਭਾਜੀ ਹੈ ਨਾ ਦੇਖ ਰਿਹਾ ਬੈੱਡ ਤਾਂ ਬਹੁਤ ਸੋਹਣੇ ਆ ਪਰ ਮੈਨੂੰ ਆਹ ਬੈੱਡ ਬਹੁਤ ਪਸੰਦ ਆ ਗਿਆ ਹਨਾ ਚਲੋ ਪਿਆਰ ਵੀ ਅੱਗੇ ਹੈਗਾ ਇੱਕ ਮੈਚਿੰਗ ਬੜੀ ਸੋਹਣੀ ਕਰਤੀ ਆ ਤੁਸੀਂ ਗ੍ਰੇ ਇਹਦਾ ਕੱਪੜਾ ਲਾਇਆ ਆ ਤੇ ਗ੍ਰੇ ਹੀ ਤੁਸੀਂ ਇਹਦਾ ਜਿਹੜਾ ਗੱਦਾ ਰੱਖਿਆ ਹੈ ਨਾ ਬਹੁਤ ਸੋਹਣਾ ਆ ਦੇਖੋ ਉੱਥੋਂ ਸ਼ੁਰੂ ਹੋ ਜਾਓ ਬੜੀ ਚੜਾਈ ਦੇ ਵਿੱਚ ਹੈਗਾ ਫਿਰ 골ਡ ਦੇ ਵਿੱਚ ਪੱਟੀਆਂ ਲਾਈਆਂ ਆ ਗੱਦੀ ਤੇ ਕੱਪੜੇ ਦੀ ਸਫਾਈ ਬਹੁਤ ਆ ਉਸ ਤੋਂ ਬਾਅਦ ਜੇ ਆਪਾਂ ਚੈੱਕ ਕਰ ਲਈਏ ਚਾਰੇ ਪਾਸੇ ਤਿੰਨੇ ਪਾਸੇ ਤੁਸੀਂ ਆ ਵੀ ਕੱਪੜਾ ਲਾਇਆ ਸੈਡੀ ਲਾਈ ਹੋਈ ਹੈ ਨਾ ਇਹ ਬਹੁਤ ਬਾਜ਼ਾਰ 'ਚ ਕੋਈ 40000 ਕੋਈ 38000 ਕੋਈ 42000 ਇਦਾਂ ਦਿੱਤਾ ਇਹਦੇ ਬਾਰੇ ਥੋੜਾ 1 ਫੁੱਟ ਦੇ ਆ ਹੋ ਗਿਆ ਗਾੜੀ ਇਹ ਕਹਿਣ ਦਾ 6.5 ਫੁੱਟ ਦਾ ਬੰਦਾ ਇੱਥੇ ਆਰਾਮ ਨਾਲ ਸੌ ਸਕਦਾ ਤਾਂ ਕਰਕੇ ਜਿਹੜੀ ਇਹਦੀ ਕੁਸ਼ਨਿੰਗ ਆ ਨਾ ਉਹ ਬਰਾਬਰ ਕਰਤੀ ਮੈਟਰਸ ਦੇ ਠੀਕ ਹੈ ਜੀ ਉਸ ਤੋਂ ਬਾਅਦ ਦਰਾਜਾ ਦੀ ਜੇ ਗੱਲ ਕਰੀਏ ਤਾਂ ਤੁਸੀਂ ਉਧਰ ਹੀ ਭਾਵੇਂ ਦਿਖਾ ਦਿਓ 2 ਦਰਾਜ ਆ ਇੱਕ ਸਾਈਡ ਤੇ 2 ਦਰਾਜ ਆ ਟੋਟਲ 4 ਦਰਾਜ ਹੋ ਗਏ ਜੀ ਸੁੱਚ ਪਲੱਗ ਲੱਗੇ ਹੋਏ ਆ ਠੀਕ ਹੈ ਜੀ ਇਹ ਬੈੱਡ ਦੀ ਜੇ ਗੱਲ ਕਰੀਏ ਤੇ ਬਾਜ਼ਾਰ 32000 ਦਾ ਵਿਕਦਾ ਵਾ ਤੇ ਥੋੜਾ ਅੰਮ੍ਰਿਤਸਰ ਤੋਂ ਜਾਂ ਆਪਣੇ ਪੰਜਾਬ ਤੋਂ ਬਾਹਰ ਹੋ ਜਾਈਏ ਤੇ ਫਿਰ 35-40-40000 ਦੇ ਵੀ ਵਿਕਦੇ ਆ ਆਪਣੇ ਤੋਂ ਸਿਰਫ ਤੇ ਸਿਰਫ ਆਪਣੇ ਦਰਸ਼ਕਾਂ ਨੂੰ ਜਿਹੜਾ ਇਹ ਬੈੱਡ ਆ ਸਿਰਫ ਤਕੜ ਸਾ 25000 ਰੁਪਏ ਦਾ ਦਵਾਂਗੇ ਸੋ ਆ ਬੈੱਡ ਦਾ ਵੀ ਨਾ ਤੁਸੀਂ 38000 ਰੁਪਏ ਦੇਣਾ ਸਾਨੂੰ ਨਾ 40000 ਦੇਣਾ ਸਿਰਫ 25000 ਦਵਾਂਗੇ ਬੈੱਡ ਇਹਨੂੰ ਫਾਇਦੇ ਕਹਿੰਦੇ ਆ ਇੱਧਰ ਦੇਖੋ ਸਿੰਪਲ ਐਂਡ ਸੋਬਰ ਬੈੱਡ ਹੈ ਨਾ ਬਾਜ਼ਾਰ 'ਚ 25000 ਆ ਸੇਖੋ ਫਰਨੀਚਰ ਤੇ 18000 'ਚ ਦੇ ਦਿਆਂਗੇ ਤੁਹਾਨੂੰ ਆ ਵੀ ਬਹੁਤ ਸੋਹਣਾ ਬਾਈ ਜੀ ਇਹ ਤਕੜ ਸਾਹਿਬ ਇਹਦੇ ਤੇ ਆਪਾਂ ਬੜਾ ਜਿਹਾ ਚਾਨਣਾ ਪਾਈਏ 24000 ਦਾ ਦਿੱਤਾ ਸੀ ਬੈੱਡ 22000 ਦਾ ਦਵਾਂਗੇ 10 ਕਲਰ ਮਿਨੀਮਮ ਰੈਗੂਲਰ ਚੱਲਣ ਵਾਲੇ ਅੱਛਾ ਹੋਰ 22000 ਰੁਪਏ ਦਾ ਹੋਰ ਕੇ ਦੇ ਦਾਂਗੇ ਕੋਈ ਨਹੀਂ ਦੇ ਸਕੂਗਾ ਪਲਾਈ ਦੇ ਵਿੱਚ ਚੰਗੀ ਚੀਜ਼ ਬਣੀ ਹੋਈ ਕਾ ਤੁਸੀਂ ਦੇਖ ਲਓ ਕਰੀਮ ਕਲਰ ਦੇ ਵਿੱਚ ਡਿਜ਼ਾਈਨ ਸੋਹਣਾ ਆ ਆ ਹੋਟਲ ਵਾਲੇ ਬੈੱਡ ਤੁਸੀਂ ਦੇਖ ਲਓ ਬਹੁਤ ਸੋਹਣੇ ਆ ਸਾਡੇ ਕੋਲ ਬੈੱਡਾਂ ਦੇ ਵਿੱਚ ਬਹੁਤ ਸਾਰੀ ਕੁਆਲਿਟੀ ਵੈਰਾਈਟੀ ਆ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਇੱਥੋਂ ਆ ਕੇ ਲੈ ਕੇ ਜਾ ਸਕਦੇ ਆ ਸੋ ਭਾਜੀ ਆ ਵੀ ਇੱਕ ਨਾ ਬਹੁਤ ਸੋਹਣਾ ਬੈੱਡ ਆ ਜਿਹਦਾ ਲਾਈਟਾਂ ਲੂਟਾਂ ਲੱਗੀਆਂ ਇਹਦੇ ਬਾਰੇ ਵੀ ਥੋੜਾ ਦੱਸੋ ਆ ਪੂਰਾ ਇਧਰੋਂ ਦਿਖਾਓ ਬੈੱਡ ਆ ਤਕੜ ਸਾਹਿਬ ਬੈੱਡ 9 ਫੁੱਟ ਲੈਟਾਂ ਵਾਲਾ ਸੈਟੀਆਂ ਬਾਰਡਰ ਵਾਲਾ ਤਕੜ ਸਾਹਿਬ ਬੈੱਡ ਆ ਏ ਗ੍ਰੇਡ ਦੀ ਪਲਾਈ ਲੱਗੀ ਆ ਰੇਟ ਹੈਗਾ 17999 ਜੀ ਸਾਡੇ ਦਰਸ਼ਕਾਂ ਨੂੰ 16000 ਰੁਪਏ ਦਾ ਆਪਾਂ ਤਕੜ ਸਾਹਿਬ ਬੈੱਡ ਦੇ ਦੇਣਾ ਜਿਹੜਾ ਵੀ ਵੀਡੀਓ ਦੇਖ ਰਿਹਾ ਹੋਊਗਾ ਨਾ ਮੈਨੂੰ ਕਹੂੰਗਾ ਵੀਰੇ ਇੱਕ ਮਿੰਟ ਨਾ ਰੁਕੀ ਇੱਕ ਮਿੰਟ ਵੀ ਸਹੀ ਜੇ 35-35000 ਦੇ ਅਸੀਂ ਵੇਚਦੇ ਆ ਬਾਜ਼ਾਰ ਸਾਲ 40-40000 ਦੇ ਵਿਕਦੇ ਆ ਇਹ ਬੈੱਡ 24000 ਦਾ ਵੀਰੇ 2 ਦਰਾਜ ਇੱਕ ਬੰਨੇ ਨਾ ਰੁਕਿਓ ਜਿੰਨੇ ਵੀ ਵੀਡੀਓ ਦੇਖ ਲਈ ਨਾ ਚੰਗੀ ਭਾਰੀ ਪਲਾਈ ਦੇ ਵਿੱਚ ਬਣਿਆ ਤਗੜ ਸਾਹਿਬ 24000 ਦਾ ਬੈੱਡ ਸਿਰਫ ਲਾਸਟ ਆ ਤਗੜ ਸਾਹਿਬ ਦੇਖੋ 14000 ਰੁਪਏ ਦੇ ਵਿੱਚ ਗ੍ਰੇ ਲੈਦਰ ਦੇ ਵਿੱਚ ਲੈਦਰ ਵੀ ਵਧੀਆ ਵਾਲੀ ਹੈਵੀ ਲੱਗੀ
22000 ਰੁਪਏ ਦੇ ਵਿੱਚ 30000 ਰੁਪਿਆ ਰੇਟ ਸੀ 26 ਹੋ ਗਿਆ ਅੱਜ ਅਸੀਂ ਤੁਹਾਨੂੰ ਇਹ ਦੇਣਾ ਬੈੱਡ ਸਿਰਫ 22000 ਰੁਪਏ 22000 ਰੁਪਏ ਦੇ ਵਿੱਚ 16000 ਰੁਪਏ ਦੇ ਵਿੱਚ 18 ਦਾ ਜਿਹੜਾ ਐਮ ਆਰ ਪੀ ਵਾਲਾ ਬੈੱਡ ਠੀਕ ਹੈ ਜੀ ਪੌਲਿਸ਼ ਵਾਲਾ ਬੈੱਡ ਆ ਪਫੀ ਵਾਲਾ ਬੈੱਡ ਆ ਇਹਦੇ ਤੇ ਆਪਦਾ ਕੀ ਉਹਨੂੰ ਕਿਤੇ ਛੋਟੀ ਮੋਟੀ ਇਹਦੇ ਟਚਿੰਗ ਟੁਸ਼ਿੰਗ ਹੋਣ ਵਾਲੀ ਆ ਇਹ ਤਕੜ ਸਾਹਿਬ ਜਿਹੜਾ 26000 ਰੁਪਏ ਦਾ ਦਰਸ਼ਕਾਂ ਨੂੰ ਦਵਾਂਗੇ ਪੌਲਿਸ਼ ਵਾਲਾ ਇਹ ਬੈੱਡ ਅਸੀਂ ਆਪਣੇ ਜਿਹੜੇ ਵੀਰ ਨੇ ਖੜਨਾ ਲੈ ਜੇ ਆਪਦਾ ਨਜ਼ਾਰੇ ਲਵੇ ਚੀਜ਼ ਬਣਾਵੇ 18000 ਰੁਪਏ ਦੇ ਵਿੱਚ ਬੈੱਡ ਦੇ ਦੇਣਾ ਜੋ 25000 28000 29000 30000 ਪਰ ਅਸੀਂ ਦਵਾਂਗੇ ਸਿਰਫ 18000 ਇਹ ਸਿੰਗਲ ਸਿੰਗਲ ਪੀਸਾਂ ਦੇ ਰੇਟ ਹੋਣਗੇ 18000 ਰੁਪਏ ਵਾਲਾ ਬੈੱਡ ਤਗੜ ਸਾਹਿਬ ਜਿਹੜਾ 16000 ਰੁਪਏ ਆਹ ਤੇ 6 ਫੁੱਟ ਤੁਹਾਨੂੰ ਪਤਾ ਹੀ ਆ ਇਹਦੇ ਨਾਲ ਲੈਟਾਂ ਲੂਟਾਂ ਜਗਦੀਆਂ ਜਿੰਨਾ ਜਗਾਈਆਂ ਨਹੀਂ ਹੋਣੀਆਂ ਸਾਰਾ ਪਲਾਈ 'ਚ ਬਣਿਆ ਬੈੱਡ ਵਧੀਆ ਬਣਿਆ 13000 ਰੁਪਇਆ 13000 ਰੁਪਇਆ ਦੀਵਾਨ ਦੇਖੋ ਤਗੜ ਸਾਹਿਬ ਢੋ ਵਾਲਾ ਢੋ ਵੱਖਰੀ ਹੋ ਜਾਂਦੀ ਹੈ ਜਿਹੜੀ ਥੱਲੇ ਤੱਕ ਢੋ ਹੁੰਦੀ ਪੈਰਾਂ ਤੱਕ ਤੁਹਾਡੇ ਸਾਹਮਣੇ ਹੀ ਆ ਹੈ ਨਾ ਜੀ ਇਹ 8000 ਰੁਪਏ ਦਾ ਦੀਵਾਨ ਹੈ ਲੈਟ ਹੈਗੀ ਇਹਦੇ 'ਚ ਉਹ ਵੀ ਜਿਹੜਾ ਦੀਵਾਨ ਹੈ ਉਹ ਵੀ 8000 ਰੁਪਏ